स्वागत है किसान वीरों तुहाडा सिद्धक डेयरी फार्मिंग दे विच। किसान वीरों अज एक होर वीडियो दिखाउणे आ तुहानू पिंड मुद्दकी। मुद्दकी पिंड फिरोजपुर जिले का ते ए फरीदकोट तो श्री अमृतसर नू जिहड़ी सड़क जांदी है हाईवे जांदा उस सड़क दे उत्ते ए पिंड आउंदा। जिहड़े घर चों वीडियो बना रहे दसो भाई व्यापार का काम करदा इत्थे मझां ते गावां रूटीन च विक्री वालियां आउंदियां। अज भी चार नाग है दोस्तों इस टाइम जिहड़े मौजूद है चारे मझां मेरे ख्याल च गब्बणियां बाई कोल। इन्हां दे विच एक दो थणी मझ आ जिहड़ी जमांदरू दो थण है। सो आपां डिटेल पुछांगे, तुसीं वीडियो नूं एंड तक देखियो। थोनू जिहड़ी मझ पसंद आ जो उहदी तसल्ली करना तुहाडा हक है उह आ के तुसीं करके खरीद लिओ। कुलदीप भाई सति श्री अकाल। सति श्री अकाल भाई जगजीत, होर सुणा की हाल आ? ठीक है वीरे वधिया। कुलदीप भाई रूटीन च लई आउणे मझां? हां भाई रूटीन च ही आई जांदे। गां वी आ जांदी के मझ ज्यादा? गां घट ही लैंदे आ भाई, गर्मी बाली सी फिर गां घट लई आ। ठीक है, हुण जानी मझां ही आउंदियां? हां मझां ही आउंदियां। गां जर्सी जुर्सी लै लैंदे कोई जे चंगी मिले। ठीक है, अज अपने कोल चार मझां भाई। पहले नंबर ते इक झोटी चंगे कद काठ वाली दिसदी है। हां जी, कनवा सू है ਇਹ? ਪਲੂਣਿਸ ਹੁੰਦੀ ਆ, ਮੂੰਹ ਚਾਰ ਦੰਦ ਆ ਬਾਈ ਜੀ। ਚਾਰ ਦੰਦ ਪਹਿਲਾ ਸੂਆ? ਹਾਂਜੀ। ਦਿਨ ਕਿੰਨੇ ਲੈ ਜੂ ਬਾਈ? ਦਿਨ ਹਜੇ ਬਾਈ ਇਹ 12-13 ਲੈ ਜੂ। 12-13 ਦਿਨ ਹਜੇ ਲੈਂਦੀ ਆ? ਹਾਂ ਲੈ ਜੂ। ਠੀਕ ਹੈ, ਕੀ ਇਹਦੀ ਡਿਮਾਂਡ ਰੱਖਦੇ ਹੋ ਕੁਲਦੀਪ? ਇਹਦਾ ਮੁੱਲ 1.5 ਲੱਖ ਰੁਪਇਆ ਕਰਦੇ ਆ ਬਾਈ। 1.5 ਲੱਖ ਰੁਪਏ? ਹਾਂਜੀ। ਅੱਛਾ, ਮੌਕੇ ਤੇ ਹੋ ਜੂ ਮਾਨਤਾਨ? ਹਾਂ ਮਾਨਤਾਨ ਕਰਦੇ ਆ। ਠੀਕ ਹੈ, ਸੋ ਦੱਸੋ ਇੱਕ ਮਿੰਟ ਬਾਈ ਖੜੀ ਰਹਿੰਦੀ। ਚਾਰ ਦੰਦ ਝੋਟੀ ਹੈ, ਪਹਿਲਾ ਸੂਆ ਹਜੇ ਇਹਨੇ ਸੂਣਾ। ਹਵਾਨੇ ਦੀ ਸ਼ੁਰੂਆਤ ਦੇਖ ਲਓ, ਹਜੇ 12 ਦਿਨ ਬਾਈ ਦੱਸਦਾ ਹੈ। ਕਈ ਵਾਰ ਪਸ਼ੂ ਉੱਤੇ ਵੀ ਦਿਨ ਲੈ ਜਾਂਦਾ ਤਾਂ 15 ਦਿਨ ਹੀ ਮੰਨ ਲਓ ਤੁਸੀਂ। ਬਹੁਤ ਚੌੜਾ ਹਵਾਨਾ ਰੱਖਿਆ ਦੱਸੋ ਝੋਟੀ ਨੇ। ਖੋਲੀ ਬਾਈ ਵੱਡੇ ਕੱਦ ਕਾਠ ਦੀ ਹੈ, ਸਿੰਘ ਬਿਲਕੁਲ ਕੁੰਡੇ ਆ ਤੇ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਹੋਣ ਕਰਕੇ ਥੋੜ੍ਹਾ ਜਿਹਾ ਜਿਵੇਂ ਇਹ ਕ੍ਰੋਸ ਬਰੀਡ 'ਚ ਆਪਾਂ ਇਹਨੂੰ ਕਹਿ ਸਕਦੇ ਹਾਂ ਦੋਸਤੋ, ਜਿਹੜਾ ਮੁਰਾ ਦੇ ਨਾਲ ਟੱਚ ਨੀਲੀ ਰਾਵੀ। ਬਾਈ ਇਹਦੀ ਮਾਂ ਦੇਖੀ ਸੀ ਜਿੱਥੋਂ ਆਪਾਂ ਖਰੀਦੀ? ਮਾਂ ਜਗਜੀਤ ਇਹਦੀ ਪੂਰੀ ਆ, ਪਿਓਰ ਨੀਲੀ ਦੀ। ਠੀਕ ਹੈ, ਐਤਕੀ 19 ਮਾਂ ਸੂਆ ਸੂਈ ਸੀ ਤੇ 16 ਕਿਲੋ ਬੋੜੇ ਤੇ ਚੱਲਦੀ ਸੀ। ਠੀਕ ਹੈ, 1-27 ਲਾ ਤਾਂ ਸੀ, ਦਿੱਤੀ ਨਹੀਂ। ਅੱਛਾ, ਇਹਦੀ ਮਾਂ ਦਾ? ਠੀਕ ਹੈ, ਤੋਰੀ ਬਾਈ ਨੂੰ। ਸੋ ਦੋਸਤੋ ਬਹੁਤ ਚੰਗੀ ਮੱਝ ਦੀ ਇਹ ਧੀ ਬਾਈ ਦੱਸਦਾ। ਵੱਡਾ ਪੇਟ ਵਜਨ ਤੁਸੀਂ ਦੇਖੋ, ਚਾਰ ਦੰਦ ਝੋਟੀ ਦਾ ਦੱਸੋ, ਚੰਗੇ ਕੱਦ ਕਾਠ ਦੀ ਤੇ ਬਿਲਕੁਲ ਛੋਟਾ ਕੁੰਡਾ ਸਿੰਘ ਹੈ। ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਪਸੰਦ ਆਊਗੀ, ਬਹੁਤ ਸੋਹਣੀ ਝੋਟੀ ਹੈ। ਰੇਟ ਤੁਸੀਂ ਕੀਮਤ ਲਾਉਣੀ ਹੈ ਦੱਸੋ, ਉਹਦੇ ਹਿਸਾਬ 'ਤੇ ਤੁਸੀਂ ਪਸੰਦ ਕਰਨੀ ਹੈ। ਪਰ ਜੇ ਆਪਾਂ ਇਹਦੀ ਸਰੀਰਕ ਬਣਤਰ ਦੇਖਦੇ ਹਾਂ ਤਾਂ ਕੋਈ ਵੀ ਪਸ਼ੂ ਪਾਲਕ ਜਿਹੜਾ ਮੱਝਾਂ ਰੱਖਦਾ ਉਹਨੂੰ ਇਹ ਝੋਟੀ ਪਸੰਦ ਆਊਗੀ। ਅੱਖਾਂ ਦੋਨੇ ਦੱਸੋ ਉਹਨਾਂ 'ਚ ਨੀਲੀ ਵਾਲਾ ਜਿਹੜਾ ਉਹ ਰੰਗ। ਠੀਕ ਹੈ, ਠੀਕ ਹੈ ਬਾਈ, ਅੱਗੋਂ ਹੁਕਮ ਆ ਦੀ ਉੱਥੋਂ ਕੁਲਦੀਪ ਭਾਈ ਹੋਰ। ਸੋ ਦੱਸੋ ਫਿਰ ਇਹਦਾ ਸਟਰਕਚਰ ਦੇਖੋ ਤੁਸੀਂ, ਚੰਗੇ ਕੱਦ ਕਾਠ 'ਚ ਆਇਆ, ਚੰਗੇ ਵਜਨ ਦੀ ਲੰਬੀ ਧੌਣ ਹੈ ਦੱਸੋ, ਜਿਹੜੀਆਂ ਆਮ ਤੌਰ 'ਤੇ ਤੁਸੀਂ ਦਰਿਆਵਾਂ ਦੇ ਵਿੱਚ ਜਾਂ ਜਿਵੇਂ ਗੁੱਜਰਾਂ ਕੋਲ ਆਪਾਂ ਕਹਿ ਲਈਏ ਮੱਝਾਂ ਚੰਗੀਆਂ ਮੱਝਾਂ ਚਰਦੀਆਂ ਹੁੰਦੀਆਂ, ਉੱਦਾਂ ਦੇ ਸਟਰਕਚਰ ਵਾਲੀ ਇਹ ਝੋਟੀ। ਫੋਰ ਸੇਲ ਡਿਮਾਂਡ 1.5 ਲੱਖ ਰੁਪਇਆ ਪਰ ਮਾਨਤਨ ਹੋਊਗਾ। ਰੇਟ ਇਸ ਕਰਕੇ ਵੀ ਥੋੜ੍ਹਾ ਜਿਹੜਾ ਤੁਹਾਨੂੰ ਹੋ ਸਕਦਾ ਲੱਗੇ ਵੀ ਕਈ ਵਾਰਾਂ ਜਿਵੇਂ ਬਾਈ ਨੇ ਜ਼ਿਆਦਾ ਡਿਮਾਂਡ ਕੀਤੀ ਹੁੰਦੀ, ਪਰ ਅਜੇ 15 ਦਿਨਾਂ ਦੀ ਕੱਚੀ ਹੈ। ਉਮੀਦ ਆ ਵੀ ਬਹੁਤ ਚੰਗੀ ਖੁੱਲੂਗੀ ਝੋਟੀ, ਕਿਉਂਕਿ ਅਜੇ ਥਣਾਂ 'ਚ ਕੋਈ ਜੋਸ਼ ਨਹੀਂ ਹੈ। ਇਹਦੀ ਭੈਣ ਵੀ ਦੇਖੀ ਜਗਜੀਤ, ਆਪਾਂ ਸਾਰਾ ਖਾਨਦਾਨ ਇਹਦਾ ਵੇਖ ਕੇ ਝੋਟੀ ਖਰੀਦੀ ਆ। ਠੀਕ ਹੈ, ਆ ਬੜਾ ਲੇਵਾ ਪਛਾਣ ਨੂੰ ਕੱਢਿਆ ਕਰਮ ਵਾਲੀ ਇਹਦੀ ਭੈਣ ਨੇ ਵੀ। ਠੀਕ ਹੈ, ਤੇ ਬਾਕੀ ਇਹਦੇ ਤੋਂ ਵੀ ਚੰਗੀ ਉਮੀਦ ਆ ਆਪਾਂ ਨੂੰ। ਸਹੀ, ਸੋ ਚੰਗੀ ਉਮੀਦ ਆ ਦੱਸੋ, ਤੇ ਇਹ ਹਜੇ ਦਿਨ ਲੈਂਦੀ ਆ ਤੇ ਇਹਨੇ ਤਿਆਰ ਹੋਣਾ, ਤੇ ਜਦੋਂ ਪੂਰੀ ਤਿਆਰ ਹੋ ਜੂਗੀ ਉਦੋਂ ਤੁਹਾਨੂੰ ਹੋਰ ਪਸੰਦ ਆਊ। ਰਹਿ ਵੀ ਗਈ, ਆਪਾਂ ਦੁਬਾਰਾ ਵੀ ਵੀਡੀਓ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਾਂਗੇ। ਠੀਕ ਹੈ, ਕਿਉਂਕਿ ਇਹਦਾ ਵਿਖਾਵਾਂਗੇ ਵੀ ਵਾਕਈ ਸੀਗੀ ਕੋਈ ਚੀਜ਼। ਠੀਕ ਹੈ ਬਾਈ, ਸੋ ਦੱਸੋ ਦੁਬਾਰਾ ਵੀਡੀਓ ਦਿਖਾਵਾਂਗੇ, ਜੇ ਨਹੀਂ ਇਹਦਾ ਅਨਜਲ ਕਿਸੇ ਘਰ ਦਾ ਇਸ ਟਾਈਮ ਹੈਗਾ ਤਾਂ ਦੁਬਾਰਾ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ। ਪਿੱਠਪੁੜੇ ਦੀ ਮੱਝ ਝੋਟੀ ਚਾਰ ਦੰਦ ਦੇ ਹਿਸਾਬ 'ਤੇ ਬਹੁਤ ਚੌੜੀ ਆ, ਹਜੇ ਇਹਨੇ ਵਧਣਾ ਫੁੱਲਣਾ ਕਿਉਂਕਿ 8 ਦੰਦ ਹੁੰਦੇ ਆ ਦੱਸੋ ਜਦੋਂ ਜਵਾਨ ਹੋਣਾ, ਹਜੇ ਅੱਧ ਤੱਕ ਹੀ ਗਈ ਹੈ। ਇਹ ਤੋਂ ਬਾਅਦ 'ਚ ਇੱਕ ਹੋਰ ਮੱਝ ਬਾਈ ਕੋਲ। ਕਲਦੀਪ ਭਾਈ ਇਹ ਤੋਂ ਬਾਅਦ 'ਚ 2 ਨੰਬਰ 'ਤੇ ਜਿਹੜੀ ਮੱਝ ਖੜੀ ਹੈ, ਕਿੰਨਵਾ ਸੂਆ? ਆਪਾਂ ਨੂੰ ਤਾਂ ਉਹਨਾਂ ਨੇ ਤੀਜਾ ਸੂਆ ਦੱਸਿਆ, ਹੋ ਸਕਦਾ ਚੌਥਾ ਵੀ ਸੁਣਦੀ ਹੋਵੇ। ਠੀਕ ਹੈ, ਹਾਂਜੀ, ਦਿਨ ਕਿੰਨੇ ਲੈ ਜੂਗੀ? ਦਿਨ ਬਾਈ ਇਹ ਲੈ ਜੂਗੀ ਹਫ਼ਤਾ ਇੱਕ। ਕੀ ਡਿਮਾਂਡ ਇਹਦੀ? ਇਹਦਾ ਮੁੱਲ 95,000। ਖੁੱਲ੍ਹ ਗਏ ਬਾਈ? ਹਾਂਜੀ। ਸੋ ਦੱਸੋ ਮੀਡੀਅਮ ਹਾਈਟ 'ਚ ਹੈ, ਥਣ ਬਹੁਤ ਸੋਹਣੇ ਦਿਸ ਰਹੇ ਆ, ਬਾਕੀ ਜੋ ਤੁਰੂ ਉਦੋਂ ਹਵਾਨਾ ਤੁਹਾਨੂੰ ਦਿਸ ਜਾਣਾ। ਸੂਆ ਬਾਈ ਕਹਿੰਦਾ ਵੀ ਮਾਲਕਾਂ ਦੇ ਦੱਸਣ ਮੁਤਾਬਕ ਤੀਜਾ ਹੈ ਪਰ ਤੁਸੀਂ ਚੌਥਾ ਮੰਨ ਲਓ। ਸੂਆ ਹਮੇਸ਼ਾ ਦੱਸੋ ਤੁਸੀਂ ਉਮਰ ਦਾ ਅੰਦਾਜ਼ਾ ਲਾਇਆ ਕਰੋ, ਕਿਉਂਕਿ ਕਈ ਪਸ਼ੂ ਵਰਾ ਵੀ ਭੰਨ ਜਾਂਦੇ ਹੁੰਦੇ ਆ ਅਤੇ ਕਈ ਪਸ਼ੂ ਛੋਟੀ ਉਮਰ 'ਚ ਪਹਿਲਾ ਸੂਆ ਸੂ ਪੈਂਦੇ ਆ, ਉਹ ਸਹੀ ਮਹੀਨੇ 'ਚ ਉਮਰ ਦਾ ਅੰਦਾਜ਼ਾ ਲੱਗਣਾ ਚਾਹੀਦਾ। 95,000 ਰੇਟ ਹੈ, ਹਵਾਨਾ ਬਣਾਉਣਾ ਸ਼ੁਰੂ ਕੀਤਾ। ਰੰਗ ਕਿੰਨਾ ਜਾਵਣ ਵਾਂਗੂ ਕਾਲੀ ਪਈ ਹੈ। ਠੀਕ ਹੈ, ਇਹ ਦਿਨ ਕਿੰਨੇ ਕੁ ਲੈ ਜੂ ਕੁਲਦੀਪ ਭਾਈ? ਹਫ਼ਤਾ ਲੈ ਜੂਗੀ, 15 ਕਿਲੋ ਦੁੱਧ ਦੀ ਇਹਦੇ ਮਾਲਕ ਨੇ ਆਪਾਂ ਨੂੰ ਫੁੱਲ ਗਰੰਟੀ ਦਿੱਤੀ ਹੈ, ਕਹਿਣ ਵਾਲਾ ਨਹੀਂ। ਠੀਕ ਹੈ, ਆਪਾਂ ਮੂੰਹ ਨਾਲ ਬੋਲ ਦੇਣਾ, ਆਪਣਾ ਵਪਾਰ ਦਾ ਕੰਮ ਆ ਨਾ, ਆਪਾਂ ਵੀ ਤੱਕ ਆਪਦੀ ਨਾਲ ਲਈ ਆ ਵੀ 13-14 ਕਿਲੋ ਤੋਂ ਮੈਂ ਨਹੀਂ ਜਾਂਦੀ। ਠੀਕ ਹੈ, 15 ਨਾ ਦੱਸ। 95,000 ਰੇਟ, ਮੀਡੀਅਮ ਹਾਈਟ 'ਚ ਹੈ, ਵਜ਼ਨ ਚੰਗਾ, ਭਾਰੀ ਚੰਗੀ ਹੈ ਮੱਝ, ਬਾਕੀ ਦੁੱਧ ਦੀ ਤੋਂ ਤੁਸੀਂ ਇਹਦਾ ਸਟਰਕਚਰ ਦੇਖ ਰਹੇ ਹੋ।
ਠੰਡਾ ਸਹਿਜ ਸੋਹਣਾ ਹੈ ਹਰਿਆਣੇ ਵਾਲੇ ਭਰਾ ਕਹਿੰਦੇ ਨੇ ਪੂਛ ਵੇਖ ਕੇ ਦੀ ਨਰਮ ਠੀਕ ਹੈ ਉਹ ਪੂਛ ਬਾਈ ਦੱਸਦਾ ਵੀ ਨਰਮ ਹੈ ਦੀ ਉੱਤੋਂ ਚੌੜੀ ਹੈ ਮੱਝ ਕੱਦ ਮੀਡੀਅਮ 'ਚ ਹੀ ਹੈ ਹਵਾਨਾ ਹੁਣ ਤੁਸੀਂ ਇੱਥੋਂ ਦੇਖ ਲਓ ਅਜੇ ਹਫ਼ਤਾ ਦਸ ਦਿਨ ਇਹ ਵੀ ਲੈਂਦੀ ਹੈ ਤਾਂ ਹਵਾਨਾ ਇਹ ਚੰਗਾ ਬਣਾ ਜੂ ਥਾਣੇ ਦੇ ਅਸੀਂ ਚਵਾਈ ਵਾਲੇ ਆ ਬਹੁਤ ਸੋਹਣਾ ਥਾਣਾ ਥੱਲਿਓਂ ਥਣ ਤਿੱਖਾ ਧਾਰ ਉਮੀਦ ਇਹ ਕਰ ਸਕਦੇ ਹਾਂ ਵੀ ਪੋਲੀ ਨਿਕਲੂ ਬਹੁਤ ਪੋਲੀ ਧਾਰ ਨਿਕਲੂਗੀ ਬਾਈ ਜਦੋਂ ਟਿੱਪੀ ਆ ਨਾ ਐਵੇਂ ਮੋਟੀ ਮੋਟੀ ਧਾਰ ਹੋਣੀ ਭੋਲੇ ਦੀ ਆਈ ਇਹਦੀ ਠੀਕ ਹੈ ਇਹਦੇ ਬਾਅਦ ਚ ਇੱਕ ਦੋ ਥਣੀ ਮੱਝ ਹੈ ਬਾਈ ਆਪਣੇ ਕੋਲ ਹਾਂਜੀ ਕਿੰਨੇ ਦਿਨ ਲੈਂਦੀ ਹੈ ਸੂਣ ਚ ਇਹ ਜਗਜੀਤ ਵੀਰੇ ਸੂਈ ਹੋਈ ਤੋਕੜ ਮੈਂ ਆ ਠੀਕ ਹੈ ਤੇ ਮੰਨ ਲਾ 3 ਮਹੀਨੇ ਦੀ ਸੂਈ ਆ ਇਹ ਬੋਲੀ ਸੀ ਉਹਨਾਂ ਨੇ ਬਣਾਈ ਹੈਗੀ ਠੀਕ ਹੈ ਤੇ ਦੁੱਧ 7 ਆਪਾਂ 6 ਦੀ ਫੁੱਲ ਗਾਰੰਟੀ ਦੇਵਾਂਗੇ ਦੋਵਾਂ ਟਾਈਮਾਂ ਦਾ ਮਿਲਦੀ ਮਿਲਦੀ ਕਿਵੇਂ ਮਿਲਦੀ ਕੱਟੀ ਤੇ ਵੀ ਆਪਾਂ ਮਾਏ ਵੀ ਹੁਣ ਦਰਦੀ ਕਰਕੇ ਆ ਤੇ ਨਹੀਂ ਪਵਾਈ ਬਹਿ ਜਾ ਕੇ ਥੱਲੇ ਕੋਈ ਵਾਸਤਾ ਨਹੀਂ ਇਹਨੂੰ ਸੀਡ ਬਹੁਤ ਆ ਕੱਟੀ ਇਹਦੇ ਨਾਲ ਇਹਦੇ ਮਗਰ ਕੱਟੀ ਆ ਠੀਕ ਹੈ ਇਹਦਾ ਰੇਟ ਕੀ ਰੱਖਦੇ ਹੋ ਇਹਦਾ ਮੁੱਲ 65000 ਰੁਪਏ ਤੋਰਦ ਕੇ ਨੂੰ ਬਈ ਹਾਂਜੀ ਸੋ ਦੋਸਤੋ ਦੋ ਥਣੀ ਮੱਝ ਜਮਾਂਦਰੂ ਦੋ ਥਾਣ ਇਹਦੇ ਏਰੀਆ ਫਿਰੋਜ਼ਪੁਰ ਜ਼ਿਲ੍ਹਾ ਤੇ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਮੱਝਾਂ ਜਿਹੜੀਆਂ ਉਹ ਤੁਹਾਨੂੰ ਨੀਲੀ ਟੱਚ ਦੀਆਂ ਹੀ ਮਿਲਣਗੀਆਂ ਇੱਥੇ ਜ਼ਿਆਦਾਤਰ ਜਿਹੜੀਆਂ ਹੁੰਦੀਆਂ ਥੋੜ੍ਹਾ ਜਿਹਾ ਡਰ ਜਾਂਦਾ ਤੋਕੜ ਪਸ਼ੂ ਖਾਸ ਕਰਕੇ ਵੱਧ ਡਰਦਾ ਹੁੰਦਾ ਇਹਦਾ ਬੱਚਾ ਕੱਟੀ ਪਰਲੇ ਪਾਸੇ ਖੜੀ ਹੈ ਛੋਟੀ ਜਿਹੀ ਕੱਟੀ 3 ਮਹੀਨੇ ਸੂਈ ਨੂੰ ਹੋ ਗਿਆ ਦੁੱਧ 6 ਕਿਲੋ ਆ ਦੋਵਾਂ ਟਾਈਮਾਂ ਦਾ ਪਰ ਦੋ ਥਣੀ ਹੈ ਦੂਜੇ ਕੋਈ ਥਣ ਦਾ ਨਿਸ਼ਾਨ ਵੀ ਹੈ ਨੀਗਾ ਅਤੇ ਦੋਨੇ ਹੀ ਥਣ ਦਿਸਦੇ ਆ ਦੱਸੋ ਹੁਣ ਵੀਡੀਓ ਬਣਾ ਰਿਹਾ 10:17 ਹੈ ਸੁਬਹਾ ਦੇ ਟਾਈਮ ਵੀਡੀਓ ਬਣਾ ਰਿਹਾ ਅਤੇ ਮਿਲਕਿੰਗ ਇਹਦੀ ਹੋਈ ਵੀ ਹੈ ਉਸ ਹਿਸਾਬ 'ਤੇ ਤੁਸੀਂ ਇਹਦਾ ਹਵਾਨੇ ਦੀ ਜੱਜਮੈਂਟ ਕਰ ਲਓ ਜੀ ਬਾਈ ਕਹਿੰਦਾ ਵੀ ਭਾਵੇਂ ਆਈ ਬੈਠ ਜਾਓ ਦੂਜੇ ਉੱਪਰੇ ਬੰਦੇ ਤੋਂ ਪਸ਼ੂ ਡਰ ਕੇ ਭਾਵੇਂ ਹਿੱਲ ਜੇ ਵੈਸੇ ਹਿਲਦੀ ਨਹੀਂ ਗੀ ਮਤਲਬ ਠੰਡੀ ਸੀਲ ਹੈ ਉਹ ਤੁਸੀਂ ਚੋ ਕੇ ਵੀ ਦੇਖ ਲੈਣੀ ਹੈ 65000 ਰੇਟ ਚਵਾਈ ਸੋਹਣੀ ਗਾਰ ਕੀ ਪੋਲੀ ਹੈ ਦੋਨਾਂ ਥਣਾਂ ਦੀ ਠੀਕ ਹੈ ਬਾਈ ਕਲਦੀ ਬਾਈ ਇਹ ਦੋ ਬਾਅਦ ਚੈੱਕ ਲਾਸਟ ਤੇ ਮੱਝ ਹੈ ਹਾਂਜੀ ਬਾਈ ਇਹ ਵੀ ਸੂਣ ਵਾਲੀ ਹੈ 5 ਕਿਦਾਂ ਲੈ ਜੂ ਮੇਰਾ ਅੰਦਾਜ਼ 5 ਕਿਦਾਂ ਲਊਗੀ ਹਾਂ 5-4 ਦਿਨ ਬਾਕੀ ਹੈ ਇਹਦੇ ਕੀ ਰੇਟ ਰੱਖਦੇ ਹੋ ਤਾਂ ਬਾਈ ਇਹਦਾ ਰੇਟ ਕਰਦੇ ਆ 72000 ਖੋਲੀ ਬਾਈ ਸੋ ਦੋਸਤੋ 72000 ਰੇਟ ਹੈ ਦਰਮਿਆਨੇ ਕੱਦ ਕਾਠਦੀ ਹੈ ਹਵਾਨਾ ਸੋਹਣਾ ਹੈ 5-4 ਦਿਨ ਲਊਗੀ ਹੱਡ ਜਿਹੜੇ ਆਪਾਂ ਜੇ ਇਹਦੇ ਪਿੱਠ ਪੁੜੇ ਦੇ ਉਤਲੇ ਜਿਹੜੀਆਂ ਹੱਡੀਆਂ ਜਿਹੀਆਂ ਦੀ ਗੱਲ ਕਰੀਏ ਤਾਂ ਉਹ ਤਿੱਖੀਆਂ ਆ ਪਤਲੀ ਸਿੰਗਲ ਹੱਡੀ 'ਚ ਹੈ ਸਿੰਘ ਦੋਸਤੋ ਇੱਕ ਪਾਸੇ ਦਾ ਟੁੱਟਿਆ ਹੋਇਆ ਦੂਜਾ ਪਰਲੇ ਪਾਸੇ ਦਾ ਸਿੰਘ ਤੁਸੀਂ ਦੇਖ ਹੀ ਲਿਆ ਜਿੱਦਾਂ ਦੀ ਇਹਦੀ ਸ਼ੇਪ ਹੈ ਦੁੱਧ ਦਾ ਮੁੱਲ ਬਾਈ ਨੇ ਮੰਗਿਆ 72000 ਇਹਦਾ ਰੇਟ ਹੈ ਇੱਕ ਸੂਆ ਇਹਦਾ ਦੁੱਧ ਚੋ ਅੱਗੇ ਭਾਵੇਂ ਇਹਨੂੰ ਤੋਕੜ ਵੇਚ ਦਿਓ ਜੇ ਕੋਈ ਘਾਟਾ ਨਹੀਂ ਪਾਉਂਦੀ ਤੁਹਾਨੂੰ ਹੈ ਛੋਟੇ ਕੱਦ ਕਾਠ 'ਚ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ 'ਚ ਨਾਗ 4 ਵਿਕਰੀ ਵਾਲੇ ਬਾਈ ਕੋਲ ਹੈਗੇ ਆ ਜਿਹਦੇ 'ਚ ਪਹਿਲੇ ਨੰਬਰ 'ਤੇ ਤੁਹਾਨੂੰ ਮੱਝ ਜਿਹੜੀ ਹੁਣੇ ਵੱਧੀ ਉਹ ਇਸ ਸਾਈਡ ਤੋਂ ਦਿਖਾਤੀ ਹੈ ਦੋ ਥਣੀ ਮੱਝ ਹੈ ਇੱਕ ਹੋਰ ਮੱਝ ਇੱਥੇ ਗੱਭਣ ਖੜੀ ਹੈ ਚੰਗੇ ਵਜਨ ਦੇ ਵਿੱਚ ਹੈ ਅਤੇ ਇਹ ਤੋਂ ਬਿਨਾਂ ਇੱਕ ਬਹੁਤ ਸੋਹਣੀ ਝੋਟੀ ਆ ਕੇ ਜ਼ਰੂਰ ਦੇਖਿਓ ਜਿਹੜਾ ਵੀਰ ਵੱਡੀਆਂ ਮੱਝਾਂ ਨੂੰ ਪਸੰਦ ਕਰਦਾ ਖਾਸ ਕਰਕੇ ਕਿਉਂਕਿ ਉਮੀਦ ਹੈ ਵੀ ਬਹੁਤ ਸੋਹਣੇ ਦੁੱਧ ਨੂੰ ਵੀ ਨਿਕਲੂਗੀ ਤੇ ਥਣਾਂ ਦੇ ਵਿੱਚ ਵਿੱਥੀ ਜਿਵੇਂ ਮਿਹਨਤੀ ਕਰਕੇ ਪਰਮਾਤਮਾ ਵੱਲੋਂ ਥਣ ਲੱਗੇ ਹੁੰਦੇ ਇਸ ਹਿਸਾਬ ਦਾ ਡਿਜ਼ਾਈਨ ਬਾਈ ਜਗਜੀਤ ਇਹਦਾ ਵੀ ਉਵੇਂ ਨਹੀਂ ਹੈਗੀ ਵੀ ਮਤਲਬ ਲੂਤ ਲੂਤ ਨਹੀਂ ਕਰਦੀ ਜਿਵੇਂ ਜਿਵੇਂ ਮਰਜ਼ੀ ਹੱਥ ਹੱਥ ਫੇਰੀ ਜਾਈਏ ਸਹੀ ਹੈ ਸੋ ਦੋਸਤੋ ਸੁਭਾਅ ਦੀ ਵੀ ਸ਼ਾਂਤ ਆ ਤੇ ਸਿੰਘ ਵੀ ਬਿਲਕੁਲ ਛੋਟਾ ਤੇ ਕੁੰਡਾ ਹੈ ਸੋ ਅੱਜ ਦੀ ਵੀਡੀਓ 'ਚ ਇਹੀ ਨਾਗ ਵਿਕਰੀ ਵਾਲੇ ਸੀ ਧੰਨਵਾਦ ਵੀਡੀਓ ਦੇਖਣ ਲਈ